ਪੰਜਾਬੀ ਸਿਨੇਮਾ ਹੋਰ ਗੱਲ ਹੂੰ ਜਦੋਂ ਤੁਸੀਂ ਕਹਿੰਦੇ ਸਿੱਖ ਸਿਨੇਮਾ ਤਾਂ ਇਹ ਹੋਰ ਗੱਲ ਬਹੁਤੀ ਵਾਰੀ ਇਹ ਗੱਲਾਂ ਰਲਵਾ ਲੈਂਦੇ ਬੰਦੇ ਦੋ ਲਗ ਲਗ ਚੀਜ਼ਾਂ ਹਾਂ ਹੁ ਇਤਿਹਾਸ ਪੇਸ਼ ਕਰਨਾ ਇੱਕ ਅਲੱਗ ਮਸਲਾ ਹੂੰ ਠੀਕ ਹੈ ਜਦੋਂ ਸਿੱਖਾਂ ਦਾ ਇਤਿਹਾਸ ਪੇਸ਼ ਕਰਨਾ ਇਹ ਅਲੱਗ ਮਸਲਾ ਹੈ ਹੂੰ ਕਲਾ ਸਿੱਖਾਂ ਦਾ ਨਹੀਂ ਆਮ ਇਤਿਹਾਸ ਦੁਨੀਆ ਦਾ ਧਰਮ ਦਾ ਇਤਿਹਾਸ ਹੂੰ ਕਿਉਂਕਿ ਮੈਂ ਇਹੋ ਦੇਖਿਆ ਨੁਕਸ ਇੱਥੇ ਪੈਂਦਾ ਹੂੰ ਕਿ ਆਮ ਇਤਿਹਾਸ ਹੂੰ ਕਿ ਧਰਮ ਦਾ ਇਤਿਹਾਸ ਦੋ ਵੱਖਰੀਆਂ ਮਾਨਤਾਵਾਂ ਨੇ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਮੰਦਰ 'ਚ ਜਾਂ ਕਿਸੇ ਮਦਰਸੇ 'ਚ ਧਰਮ ਬਾਰੇ ਪੜ੍ਹਦੇ ਹੋ ਤਾਂ ਉਹ ਧਰਮ ਦਾ ਇਤਿਹਾਸ ਪੜਾਇਆ ਜਾਂਦਾ ਜੋ ਤੁਸੀਂ ਸਕੂਲ 'ਚ ਯੂਨੀਵਰਸਿਟੀ ਜਾਂਦੇ ਹੋ ਤਾਂ ਉਹ ਕੱਲਾ ਇਤਿਹਾਸ ਹੋ ਜਾਂਦਾ ਹਮ ਠੀਕ ਭੌਤਿਕ ਮਸੌਕਾ ਤੁਹਾਨੂੰ ਦੱਸਾਂ ਵੀ ਜੇ ਇਤਿਹਾਸ ਪੜ੍ਹਨਾ ਦੁਨੀਆਂ ਦਾ ਤਾਂ ਸਾਡੇ ਕੋਲੇ 10 ਗੁਰੂ ਸਾਹਿਬਾ ਬਿਲਕੁਲ ਠੀਕ ਹੈ ਜੇ ਤੋ ਦੀ ਧਰਮ ਵਜੋਂ ਪੜਦੇ ਆ ਤਾਂ ਗੁਰੂ ਇੱਕ ਹੈ ਤਾਂ ਜਦੋਂ ਹੁਣ ਧਰਮ ਵਜੋਂ ਇਤਿਹਾਸ ਇਕਲਾ ਸਕੂਲ ਜਾਂ ਵਿਦਿਆ ਦਾ ਇਤਿਹਾਸ ਉਹਦੋਂ ਘਾਬਰ ਜਿਹੜਾ ਜਿਹਨੂੰ ਅਸੀਂ ਅੱਜ ਇਹ ਪਰਸਾਵਾ ਜਾਂ ਸਾਹਿਤ ਕਹਿੰਦੇ ਆ ਜਾਂ ਸਿਨੇਮਾ ਕਹਿੰਦੇ ਆ ਤੇ ਇੱਥੇ ਤੀਜਾ ਹਿੱਸਾ ਇੱਥੇ ਇਹ ਪਾਤਰ ਹਮ ਕਰੈਕਟਰਸ ਹਾਂ ਹਮ ਇੱਥੇ ਉਹ ਇਤਿਹਾਸ ਵੀ ਨਹੀਂ ਹੈਗਾ ਹਮ ਜਿਹੜਾ ਬੰਦਾ ਦੇਖਣ ਜਾ ਰਿਹਾ ਉਹ ਅਸਲ ਚ ਪਾਤਰ ਨੂੰ ਦੇਖਣ ਜਾ ਰਿਹਾ ਪਰ ਹਮ ਜਦੋਂ ਨਾਟਕ ਹੈ ਜਦੋਂ ਸਿਨੇਮਾ ਹੈ ਤਾਂ ਉੱਥੇ ਪਾਤਰ ਵੀ ਨਹੀਂ ਹੈ ਉੱਥੇ ਇਹ ਦੇਹ ਹਮ ਸਰੀਰ